ਦੀ ਅੰਮ੍ਰਿਤਸਰ ਸਾਹਿਬ ਵਿਖੇ ਫਿਲਮ ਐਂਡ ਟੀਵੀ ਕਰਾਫਟ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਸ਼੍ਰੀ ਮਨੋਜ ਪੁੰਜ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਫਿਲਮੀ ਕਲਾਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਸ਼ੋਕ ਮਨੋਤਰਾ ਜੀ, ਰਾਜਕੁਮਾਰ ਜੀ, ਤਨੂ ਕਪੂਰ, ਅਸ਼ਵਨੀ ਪਰਾਸ਼ਰ, ਮੈਡਮ ਸੀਮਾ ਸ਼ਰਮਾ, ਮੁਹੰਮਦ ਰੀਜ਼ ਜ਼ਫੀ, ਬਿੱਲੂਚਾਰ, ਆਰਸ਼ੀ ਸ਼ਰਮਾ, ਦਲਬੀਰ ਸਿੰਘ ਭਰੋਵਾਲ ਹਾਜ਼ਰ ਸਨ ਅਤੇ ਪ੍ਰਧਾਨ ਜੀ ਨੇ ਕਿਹਾ ਕਿ ਅਗਲੀ ਮੀਟਿੰਗ 30 ਅਪ੍ਰੈਲ ਨੂੰ ਦੁਰਗਿਆਨਾ ਮੰਦਿਰ ਅੰਮ੍ਰਿਤਸਰ 2 ਵਜੇ ਹੋਵੇਗੀ। ਜੈਮਾ ਪਹਿਨਾਇਆ ਜਾਂਦਾ ਇਸ ਗੱਲ ਨੂੰ ਕਿ ਇਹ ਨਾ ਹੋਵੇ ਕਿ ਉਹ ਚੰਡੀਗੜ੍ਹ ਦੇ ਵਿੱਚ ਬਣ ਜਾਏ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਦੂਰਦਰਸ਼ਨ ਬਣਿਆ ਸੀ, ਚੌਕੇ ਜਲੰਧਰ ਲੈ ਗਏ, ਸਾਨੂੰ ਫਿਰ ਅਪਡਾਊਨ ਚੰਡੀਗੜ੍ਹ ਦੇ ਵਿੱਚ ਵੈਸੇ ਕੰਮ ਬੜਾ ਵਾ। ਅਗਰ ਅਸੀਂ ਉੱਥੇ ਜਾਈਏ ਪਿਛਲੇ ਦਿਨੀ ਸਾਡੇ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਨੇ ਇੱਕ ਅਨਾਊਂਸਮੈਂਟ ਕੀਤੀ ਸੀ, ਉਹ ਬਹੁਤ ਵੱਡਾ। ਫਿਰ ਮੈਂ 2 ਸਾਲ ਪਹਿਲੇ ਇਹਨੂੰ ਰਜਿਸਟਰ ਕੀਤਾ ਸੀ ਅਤੇ ਉਸ ਤੋਂ ਬਾਅਦ ਡੇ ਬਾਏ ਡੇ ਡਿਵੈਲਪਮੈਂਟ ਹੀ ਹੋ ਰਹੀ ਹੈ। ਜਿੱਦਾਂ ਹੁਣ ਮੈਂ ਪਿਛਲੀ ਵਾਰ ਆਇਆ ਸੀ, ਇਹਨੂੰ ਮੀਟਿੰਗ ਕੀਤੀ ਸੀ ਅਤੇ ਸ਼੍ਰੀ ਰਾਜਕੁਮਾਰ ਜੀ ਨੂੰ ਦੂਸਰਾ ਸਾਹਿਬ ਨੂੰ ਅਸੀਂ ਬਣਾਇਆ ਸੀ ਚੇਅਰਮੈਨ ਅਤੇ ਅੰਮ੍ਰਿਤਸਰ ਦਾ, ਅਤੇ ਅਸ਼ੋਕ ਜੀ ਨੂੰ ਪ੍ਰਧਾਨ ਬਣਾਇਆ ਸੀ ਅਤੇ ਇਹਨਾਂ ਨੂੰ ਮੈਂ ਕਿਹਾ ਸੀ ਅਗਲੀ ਮੀਟਿੰਗ ਤੁਸੀਂ ਜਲਦੀ ਹੀ ਆਪਣੀ ਬੋਡੀ ਫੋਰਮ ਕਰ ਲਓ, ਤੁਹਾਡੇ ਨਾਲ ਜਿਹੜੇ ਬੰਦੇ ਪਰਸਨ ਅਟੈਚ ਹੈਗੇ ਆ ਉਹ ਤੁਸੀਂ ਤਿਆਰ ਕਰਕੇ ਆਪਣਾ ਕੰਮ ਤੇਜ਼ ਕਰੋ। ਜੋ ਸਾਡਾ ਏਮ, ਸਾਡਾ ਐਸੋਸੀਏਸ਼ਨ ਬਣਾਉਣ ਦਾ ਏਮ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਜਗ੍ਹਾ 'ਤੇ, ਕਿਉਂਕਿ ਸਰਕਾਰ ਨੇ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ ਫਿਲਮ ਸ਼ੂਟਿੰਗ ਕਰਾਵਾਂਗੇ। ਫਿਲਮ ਸ਼ੂਟਿੰਗ ਕਰਾਉਣ ਦਾ ਐਕਚੁਅਲੀ ਬਹੁਤ ਅੱਛੀ ਗੱਲ ਕੀ ਮਤਲਬ ਕਿ ਅੰਮ੍ਰਿਤਸਰ ਨੂੰ ਮੱਝ ਦੇ ਵਿੱਚ ਹੋਣਾ ਚਾਹੀਦਾ, ਚੰਡੀਗੜ੍ਹ 'ਚ ਆਉਣ ਦੀ ਸਾਰੀ ਇੰਡਸਟਰੀ ਉੱਥੇ ਜਾ ਚੁੱਕੀ ਹੈ। ਮੈਨੂੰ ਨਹੀਂ ਪਤਾ ਕਿਉਂ ਚਲੇ ਗਈ ਉੱਥੇ ਕਿ ਅੱਜ ਕੱਲ੍ਹ ਸਾਰਾ ਮੌਸਮ ਜਿੰਨੇ ਤਕਰੀਬਨ ਸਾਰੇ ਸ਼ੂਟਿੰਗ ਉੱਥੇ ਹੋ ਗਈਆਂ, ਉਹ ਅੰਮ੍ਰਿਤਸਰ ਦੇ ਵਿੱਚ ਪੁਰਾਣੇ ਮਕਾਨ ਤੱਕ ਸਾਨੂੰ ਚਾਹੀਦੇ ਹੈ ਇੱਥੇ ਗੱਲ ਨਹੀਂ ਅਸੀਂ ਕਰਦੇ ਹਾਂ। ਉਹ ਜੋ ਜਿਹੜਾ ਮੇਰੇ ਕੋਲ ਪੁਰਾਣੀ ਚੀਜ਼ਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਅੰਮ੍ਰਿਤਸਰ 'ਚ ਮਿਲ ਗਈਆਂ ਉਹ ਕਿੱਥੇ ਮਿਲ ਗਈਆਂ, ਅਤੇ ਮੈਂ ਵੀ ਅਸੀਂ ਤਾਂ ਅਗਰੀ ਹਾਂ ਜਿਵੇਂ ਅਸ਼ਵਨੀ ਪਰਾਸ਼ਰ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।